लेट्स टॉक द रिलीजियस सेगमेंट विच आप सब का करदा हाँ हार्दिक स्वागत। सब सिखन को हुक्म है गुरु मान्यो ग्रंथ, ये असीं सुनदे हाँ। गुरु ग्रंथ साहिब जी साढ़े गुरु हैं, पर की सानू पता है कि गुरु ग्रंथ साहिब विच की कुछ लिखा गया है, इसकी बनतर की है विषय वस्तु ते की सानू उपदेश मिलता है, इसी नू मुख रख के अज असीं गलबात करांगे कैप्टन यशपाल सिंह जी नाल, जिहड़े कि साढ़े मेहमान हैं। स्वागत करते हैं अज दे इस प्रोग्राम विच कैप्टन यशपाल सिंह जी का। जैन जी वाहिगुरु जी का खालसा वाहिगुरु जी की फतेह। सो कैप्टन साहब, गुरु ग्रंथ साहिब नू असीं मत्था टेकदे हां, साडा गुरु हैगा है, तो जिहड़ा गुरु हुंदा है उह सानू गाइड करदा है, डार्कनैस तों लाइट वल जो लैके जांदा उसनू असीं गुरु कहिंदे हैगे। सो अज सानू गुरु ग्रंथ साहिब जी दी जो बनतर है की कुछ इस विच लिखिया गया है ते सानू की इसों सिखण दी लोड़ है, उस बारे थोड़ा जानकारी दिओ जी। देखो जी, गुरु ग्रंथ साहिब ते सिख दी जिंद जान है, ते बाहरी रूप च असीं बहुत सारा सत्कार करदे हाँ जी, पर कई बार जाने जाने असीं एक जिदा आम स्क्रिप्चर से जी कहने ना भी दूजे स्क्रिप्चर है उद्दे जी इनू क्लब करन दी कोशिश करदे हाँ, पर खिमा करना विषय वस्तु के पक्षों ते जो इहदी जो स्टेटस है उहदे पक्षों गुरु ग्रंथ साहिब जी दी पोजिशन एकदम निवेकली है जी। पर एक ट्रेजडी है कि आम गुरसिखां नूं जिहड़ा कि असीं देखते हाँ नगर कीर्तनां ते बहुत इकट्ठ हुंदे ने, गुरुद्वारा साहिब जी बहुत रौनक हुंदी है, पर एक आम सिख नूं गुरु ग्रंथ साहिब दी बेसिक जिहड़ी मुढली जानकारी भी नहीं पता ते भी किन्ने गुरुआं दी बाणी है, किन्ने भगतां दी बाणी है, इहदा विषय वस्तु की है, उह सानूं बिल्कुल भी नहीं पता। राइट, ते मैं समझदा घट तों घट मुढली जानकारी जिहड़ी है ना जरूर जरूर होनी चाहिए। राइट, ਜਿਵੇਂ ਕਿ ਅਸੀਂ ਬੱਚਿਆਂ ਨੂੰ 10 ਗੁਰੂਆਂ ਦੇ ਨਾਂ ਚੇਤੇ ਕਰਾਉਂਦੇ ਹਾਂ, ਅਤੇ ਮੈਨੂੰ ਇੱਕ ਵਿਚਾਰ ਆਇਆ ਕਿ ਸਾਨੂੰ ਜਿਹੜੇ 35 ਮਹਾਂਪੁਰਖਾਂ ਦੀ ਬਾਣੀ ਹੈ ਉਹ ਨਾਂ ਵੀ ਸਾਨੂੰ ਸਾਰਿਆਂ ਨੂੰ ਜ਼ੁਬਾਨੀ ਪਤਾ ਹੋਣੇ ਚਾਹੀਦੇ ਨੇ। ਰਾਈਟ, ਅਤੇ ਜਦੋਂ ਮੈਂ ਇਹ ਤਜਰਬਾ ਆਪਣਾ ਦੇਖਿਆ ਮਰਚੈਂਟ ਨੇਵੀ, ਜਦ ਮੈਂ ਆਪਣੇ ਕੋਲੀਗਸ ਦੇ ਨਾਲ ਜਾਂ ਆਪਣੇ ਬੈਚਮੇਟਸ ਦੇ ਨਾਲ ਜਦੋਂ ਮੈਂ ਕਦੀ ਸਾਂਝੀ ਕਰਦਾ ਸੀ ਗੱਲ ਜੀ, ਤਾਂ ਇਸ ਗੱਲ ਤੋਂ ਬਹੁਤ ਹੈਰਾਨ ਹੁੰਦੇ ਸੀਗੇ ਕਿ ਰਵਿਦਾਸ ਜੋ ਅਛੂਤ ਸਨ ਕਿ ਉਹਨਾਂ ਦੀ ਬਾਣੀ ਵੀ ਗੁਰੂ ਗ੍ਰੰਥ ਸਾਹਿਬ ਵਿੱਚ ਹੈਗੀ ਹੈ, ਉਹ ਇਸ ਨੂੰ ਮਤਲਬ ਕਿ ਉਹਨਾਂ ਨੂੰ ਬੜਾ ਅਜੀਬ ਅਚੰਬਾ ਲੱਗਦਾ ਸੀਗਾ, ਅਤੇ ਉੱਧਰੋਂ ਦੀ ਮੈਂ ਮਹਿਸੂਸ ਕੀਤਾ ਵੀ ਅਗਰ ਇਹ ਅੱਜ 20ਵੀਂ ਸਦੀ 21ਵੀਂ ਸਦੀ 'ਚ ਇੱਕ ਉਹ ਇੱਕ ਜਿਹੜੇ ਅਸੀਂ ਕਹਿੰਦੇ ਹਾਂ ਇੰਟਰਨੈਟ ਦਾ ਜ਼ਮਾਨਾ ਹੈ, ਲੋਕ ਅਗਾਂਹ ਵਧੂ ਨੇ, ਉਹ ਇੰਨਾ ਅਚੰਬਿਤ ਫੀਲ ਕਰ ਰਿਹਾ, ਅਤੇ ਤੁਸੀਂ ਇਮੇਜਿਨ ਕਰੋ ਉਸ ਵੇਲੇ ਜਦ ਗੁਰੂ ਸਾਹਿਬ ਨੇ ਜਦ ਕਦੀ ਹਾਲੇ ਪਾਸਪੋਰਟ ਵੀਜ਼ਾ ਅਤੇ ਇੰਟਰਨੈਟ ਅਤੇ ਗਲੋਬਲਾਈਜੇਸ਼ਨ ਅਤੇ ਕੋਈ ਰਲ ਮਿਲ ਕੇ ਬੈਠਣ ਉੱਠਣ ਦੀਆਂ ਗੱਲਾਂ ਨਹੀਂ ਹੁੰਦੀਆਂ ਸੀ, ਉਸ ਵੇਲੇ ਇਨਕਲਾਬ ਕਿੰਨਾ ਵੱਡਾ ਹੋਏਗਾ। ਬਿਲਕੁਲ ਜੀ, ਅਤੇ ਇਹਨੂੰ ਇਮੇਜਿਨ ਕਰਨੀ ਬੜਾ ਔਖਾ ਹੋ ਜਾਂਦਾ। ਇੰਟਰਫੇਥ ਦਾ ਇਹ ਸਹੀ ਪ੍ਰਤੀਕ ਜਿਹੜਾ ਜੀ, ਉਸ ਸਮੇਂ ਜਦੋਂ ਕਿ ਕਦੀ ਕੋਈ ਗੱਲ ਨਹੀਂ ਹੁੰਦੀ ਸੀ, ਗੁਰੂ ਸਾਹਿਬ ਨੇ ਉਹਨਾਂ ਭਗਤਾਂ ਦੀ ਬਾਣੀ ਨੂੰ ਇੰਟਰੋਡਿਊਸ ਕਰਕੇ ਇਹ ਸ਼ੋਅ ਕੀਤਾ, ਬਾਈ ਐਗਜ਼ਾਮਪਲ ਸ਼ੋਅ ਕੀਤਾ ਕਿ ਜੀ ਹਕੀਕਤ ਕੁਝ ਹੋਰ ਹੈ, ਜਿਹਦੇ 'ਚ ਕਿ ਸਮਾਨਤਾ ਦੀ ਜਦੋਂ ਅਸੀਂ ਗੱਲ ਕਰਦੇ ਹਾਂ, ਮਨੁੱਖਤਾ ਦੀ ਗੱਲ ਕਰਦੇ ਹਾਂ, ਤਾਂ ਇਹਦੇ ਵਿੱਚ ਹਰ ਚੀਜ਼ ਜਿਹੜੀ ਹੈ ਉਹ ਲਿਖਤ ਹੈ। ਬਿਲਕੁਲ ਬਿਲਕੁਲ। ਸੋ ਇਹ ਵਿਸ਼ਾ ਲੈ ਕੇ ਅਸੀਂ ਇੱਕ ਥੋੜ੍ਹਾ ਇੱਕ ਸਲਾਈਡ ਸ਼ੋਅ ਬਣਾਇਆ ਸੀ ਜੋ ਸੰਗਤਾਂ ਵਿੱਚ ਅਸੀਂ ਇੰਡੀਆ 'ਚ ਪੰਜਾਬ ਦਿੱਲੀ 'ਚ ਕਾਫੀ ਜਗ੍ਹਾ ਕੀਤਾ, ਤਾਂ ਕਿ ਸੰਗਤਾਂ ਵਿੱਚ ਬੇਸਿਕ ਜਿਹੜੀ ਜਾਣਕਾਰੀ ਹੈ। ਰਾਈਟ, ਤਾਂ ਅਸੀਂ ਸ਼ੁਰੂ ਕਰਦੇ ਹਾਂ ਜਦੋਂ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦਰਸ਼ਨ ਕਰਦੇ ਹਾਂ, ਖੋਲ੍ਹਦੇ ਹਾਂ, ਅਤੇ ਉਹ 'ਚ ਸਭ ਤੋਂ ਪਹਿਲੇ ਤਾਂ ਮੂਲ ਮੰਤਰ ਹੈ ਜੀ, ਜੋ ਕਿ ਇੱਕ ਓਂਕਾਰ ਤੋਂ ਲੈ ਕੇ ਗੁਰਪ੍ਰਸਾਦ ਤੱਕ ਹੈ, ਇਹਨੂੰ ਮੰਗਲਾਚਰਨ ਵੀ ਕਹਿੰਦੇ ਹਾਂ, ਅਤੇ ਇਹਦੇ ਵਿੱਚ ਪਰਮਾਤਮਾ ਦਾ ਸਰੂਪ ਜੋ ਕਿ ਸਾਰੀ ਜਗਤ ਦਾ ਮਤਲਬ ਗੁਰੂ ਜੋ ਸੋਮਾ ਹੈ, ਅਤੇ ਉਸ ਤੋਂ ਬਾਅਦ ਫਿਰ ਜਪ ਦੀ ਬਾਣੀ ਸ਼ੁਰੂ ਹੁੰਦੀ ਹੈ। ਜਪ ਦੀ ਬਾਣੀ ਦੇ ਸ਼ੁਰੂਆਤ 'ਚ ਪਹਿਲੇ ਇੱਕ ਸ਼ਲੋਕ ਹੈ, ਆਦਿ ਸੱਚ ਜੁਗਾਦਿ ਸੱਚ ਹੈ ਵੀ ਸੱਚ ਨਾਨਕ, ਫਿਰ 38 ਪੌੜੀਆਂ ਨੇ ਜੀ, ਅਤੇ ਜਿਹੜੀ ਪਹਿਲੀ ਪੌੜੀ ਹੈ ਸੋਚਿਆ ਸੋਚਣਾ ਹੋ ਗਈ, ਉਸ ਤੋਂ ਬਾਅਦ ਫਿਰ ਸ਼ਲੋਕ ਹੈਗਾ ਪਵਨ ਗੁਰੂ ਪਾਣੀ ਪਿਤਾ, ਉਸ ਤੋਂ ਬਾਅਦ ਫਿਰ ਸੋ ਪੁਰਖ ਦੀ ਬਾਣੀ ਹੈ ਉਹ 'ਚ 5 ਸ਼ਬਦ ਨੇ, ਫਿਰ ਸੋਦਰ ਦੀ ਬਾਣੀ ਦੇ 5 ਸ਼ਬਦ ਨੇ, ਫਿਰ ਸੋ ਪੁਰਖ ਦੇ 4 ਜੀ, ਫਿਰ ਸੋਲੇ ਸਾਹਿਬ ਦੀ ਬਾਣੀ ਦੇ 5 ਸ਼ਬਦ। ਇਹ ਇੱਕ ਕਿਸਮ ਦਾ ਇਹ ਸਟਾਰਟਿੰਗ ਦਾ ਸਾਡਾ ਇਹਨੂੰ ਨਿਤਨੇਮ ਕਹਿ ਲਓ, ਠੀਕ ਹੈ, ਇਹ ਸ਼ੁਰੂ ਤੋਂ ਗੁਰੂ ਸਾਹਿਬ ਦੇ ਟਾਈਮ ਤੋਂ ਇੱਦਾਂ ਇਹ ਚੱਲਦਾ ਆ ਰਿਹਾ, ਬਾਅਦ 'ਚੋਂ ਪੰਥ ਨੇ ਹੋਰ ਬਾਣੀਆਂ ਵੀ ਐਡ ਕੀਤੀਆਂ ਨੇ ਜੀ, ਪਰ ਮੁੱਢਲੇ ਰੂਪ ਸਾਡਾ ਇਹ ਜਿਹੜਾ ਨਿਤਨੇਮ ਦੀ ਬਾਣੀਆਂ ਨੇ। ਇਸ ਤੋਂ ਬਾਅਦ ਫਿਰ ਰਾਗ ਸ਼ੁਰੂ ਹੋ ਜਾਂਦੇ ਨੇ, ਅਤੇ ਸੰਪੂਰਨ ਗੁਰੂ ਗ੍ਰੰਥ ਸਾਹਿਬ ਵਿੱਚ 31 ਰਾਗ ਨੇ। ਠੀਕ, ਜਦੋਂ ਪਹਿਲਾ ਪ੍ਰਕਾਸ਼ ਆਦਿ ਗ੍ਰੰਥ ਬੀੜ ਦਾ ਗੁਰੂ ਅਰਜਨ ਦੇਵ ਜੀ ਨੇ ਕੀਤਾ, ਉਦੋਂ ਇਹ 30 ਰਾਗ ਸੇਵਨ ਜੀ, ਅਤੇ ਨੌਵਾਂ ਰਾਗ ਜਿਹੜਾ 31ਵਾਂ ਰਾਗ ਉਹ ਗੁਰੂ ਤੇਗ ਬਹਾਦਰ ਜੀ ਨੇ ਵਰਤਿਆ, ਉਹ ਜੈਜਾਵੰਤੀ ਰਾਗ ਅਖੀਰਲਾ ਰਾਗ ਜਿਹੜਾ ਉਹ ਸਿਰਫ ਅਤੇ ਸਿਰਫ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵਿੱਚ ਸਾਨੂੰ ਜੀ ਮਿਲਦਾ ਹੈ। ਅਤੇ ਰਾਗਾਂ ਦੀ ਕਿਸਮਾਂ ਅਸੀਂ ਜਿੱਦਾਂ ਪੜ੍ਹਦੇ ਹਾਂ ਸੋਰਠ, ਰਾਮਕਲੀ, ਜਿਹੜੇ ਪੜ੍ਹਦੇ ਰਾਮਕਲੀ ਮਹਿਲਾ ਤੀਜਾ, ਸੋ ਮਹਿਲਾ ਮਤਲਬ ਸਰੀਰ, ਮਹਿਲਾ ਪਹਿਲਾ ਮਤਲਬ ਗੁਰੂ ਨਾਨਕ ਦੇਵ ਜੀ, ਮਹਿਲਾ ਦੂਜਾ, ਐਵੇਂ ਦੇਖੋ ਗੁਰੂ ਸਾਹਿਬ ਦੀ ਕਿੰਨੀ ਨਿਰਮਾਣਤਾ ਸੀ, ਅਤੇ ਉਹਨਾਂ ਨੇ ਆਪਣੇ ਉਹਨੂੰ ਇੱਕ ਸਰੀਰ ਕਰਕੇ ਹੀ ਮਤਲਬ ਮਹਿਲਾ ਕਰਕੇ ਹੀ ਪੇਸ਼ ਕੀਤਾ ਹੈ। ਅਤੇ ਦਸਾਂ ਗੁਰੂਆਂ ਦੀ ਇੱਕ ਜੋਤ ਦਾ ਵੀ ਸਾਨੂੰ ਪ੍ਰਗਟਾਵਾ ਇੱਧਰ ਹੋ ਜਾਂਦਾ ਕਿ ਚਾਹੇ ਉਹ ਦੂਜੀ ਪਾਤਸ਼ਾਹੀ ਅਤੇ ਸਾਰਿਆਂ ਨੇ ਆਪਣੇ ਨੂੰ ਨਾਨਕ ਰਾਈਟ ਦੀ ਛਾਪ ਲਿਖੀ ਹੈ, ਅਤੇ ਪਛਾਣ ਸਿਰਫ ਮਹਿਲਾ ਦੂਜਾ ਮਹਿਲਾ ਤੀਜਾ ਤੋਂ ਹੀ ਹੁੰਦੀ ਹੈ। ਠੀਕ,
ਸੋ ਇੱਧਰੋਂ ਦੀ ਇਹ ਗੱਲ ਸਪਸ਼ਟ ਹੋ ਜਾਂਦੀ ਵੀ ਉਹ ਜਿਹੜੀ ਪਾਤਸ਼ਾਹੀ ਸੀ ਉਹਨਾਂ ਨੇ ਆਪਣੇ ਆਪ ਨੂੰ ਗੁਰੂ ਨਾਨਕ ਦੇਵ ਜੀ ਨਾਲ ਪੂਰੀ ਤਰ੍ਹਾਂ ਇੱਕ ਵੀ ਕਰ ਲਿਆ ਸੀ। ਰਾਈਟ, ਅਰਥਾਤ ਆਪਣੀ ਪੂਰੀ ਇੰਡੀਵਿਜੁਅਲਿਟੀ ਜਿਹੜੀ ਪੁਰਾਣੀ ਸੀ ਉਹ ਪੂਰੀ ਹਟਾ ਕੇ ਉਹਨਾਂ ਨੇ ਸੰਪੂਰਨ ਰੂਪ 'ਚ ਗੁਰੂ ਸਾਹਿਬ ਦੀ ਮੱਤ ਨੂੰ ਧਾਰਨ ਕਰ ਲਿਆ ਸੀ। ਰਾਈਟ, ਸੋ ਫਿਰ ਰਾਗਾਂ ਦੀ ਕਿਸਮਾਂ ਵੀ ਹੈਗੀਆਂ ਨੇ। ਦੇਖੋ ਇਹ ਵੀ ਮੈਂ ਸਮਝਦਾ ਵੀ ਇਹ ਇੰਨਾ ਤਗੜਾ ਖਜ਼ਾਨਾ ਸਾਡੇ ਕੋਲ ਹੈ ਜੀ ਕਿ ਸਿੱਖਾਂ ਨੂੰ ਚਾਹੀਦਾ ਕਿ ਆਪਣੀ ਇੱਕ ਅਲੱਗ ਸਾਡੀ ਯੂਨੀਵਰਸਿਟੀ ਜਾਂ ਇੱਕ ਸਕੂਲ ਕਾਲਜ ਹੋਵੇ ਜਿਹਨੂੰ ਜਿਹਦੇ ਰਾਹੀਂ ਅਸੀਂ ਗੁਰਮਤਿ ਸੰਗੀਤ ਦੀਆਂ ਡਿਗਰੀਆਂ ਜਾਂ ਮਤਲਬ ਗੁਰਮਤਿ ਸੰਗੀਤ ਦੇ ਅਸੀਂ ਦੇਖਦੇ ਹਾਂ। ਜਿਹੜੇ ਸਾਡੇ ਵੀ ਜਿਹੜੇ ਰਾਗੀ ਸਾਹਿਬਾਨ ਨੇ ਉਹ ਕਹਿੰਦੇ ਵੀ ਅਸੀਂ ਉਹ ਬਨਾਰਸ ਤੋਂ ਬੰਦੀ ਕਿਹੜੀ ਡਿਗਰੀ ਕੀਤੀ ਹੈ, ਉਹ ਜਿਹੜੀਆਂ ਉਹਨਾਂ ਦੇ ਨਾਮ ਦੂਜੇ ਟਾਈਪ ਹੈਗੇ ਨੇ ਜੀ, ਪਰ ਜਿਹੜਾ ਸਾਡਾ ਖਜ਼ਾਨਾ ਹੈਗਾ ਹੋਰ ਗੁਰੂ ਗ੍ਰੰਥ ਸਾਹਿਬ 'ਚ ਕਈ ਰਾਗ ਗੁਰੂ ਸਾਹਿਬ ਨੇ ਉਹ ਵਰਤੇ ਨੇ ਜਿਹੜੇ ਰਾਗਾਂ ਨੂੰ ਗਾਣਾ ਇੱਕ ਅਪਸ਼ਗਨ ਮੰਨਿਆ ਜਾਂਦਾ ਸੀ ਜੀ, ਅਤੇ ਗੁਰੂ ਸਾਹਿਬ ਨੇ ਸਮਝਾਇਆ ਵੀ ਰਾਗ ਕੋਈ ਮਾੜਾ ਚੰਗਾ ਨਹੀਂ ਹੁੰਦਾ ਅਤੇ ਉਹ ਜਿਵੇਂ ਕਿਸ ਪਰਪਜ਼ ਲਈ ਵਰਤਿਆ ਜਾਂਦਾ ਹੈ ਉਹ ਜ਼ਿਆਦਾ ਇੰਪੋਰਟੈਂਟ ਹੁੰਦਾ। ਰਾਈਟ, ਸੋ ਗੁਰੂ ਸਾਹਿਬ ਨੇ ਫਿਰ ਗੌੜੀ ਜਿੱਦਾਂ ਗੌੜੀ ਗੁਆਰੇਰੀ, ਗੌੜੀ ਚੇਤੀ, ਗੌੜੀ ਦੱਖਣੀ ਜੀ, ਜਿੱਦਾਂ ਰਾਮਕਲੀ ਦੱਖਣੀ, ਇਸ ਤਰ੍ਹਾਂ ਰਾਗਾਂ ਦੀ ਅੱਗੇ ਵਰਾਇਟੀਆਂ ਵੀ ਹੈਗੀਆਂ ਨੇ। ਠੀਕ, ਹੋਰ ਇਹ ਗੱਲ ਵੀ ਬੜੀ ਅਚੰਬੇ ਵਾਲੀ ਹੈ, ਮੈਂ ਤਾਂ ਜਿੱਦਾਂ ਮਿਊਜ਼ਿਕ ਦਾ ਜਾਣੂ ਨਹੀਂ ਹੈਗਾ ਪਰ ਮਿਊਜ਼ਿਕ ਦੇ ਪੱਖੋਂ ਵੀ ਇੰਨਾ ਖਜ਼ਾਨਾ ਗੁਰੂ ਗ੍ਰੰਥ ਸਾਹਿਬ ਵਿੱਚ ਹੈਗਾ ਹੈ, ਇਹ ਕਿੰਨੀਆਂ ਤਾਲਾਂ ਨੇ, ਫਿਰ ਉਹ ਘਰ ਹੈਗੇ ਨੇ। ਰਾਈਟ, ਅਤੇ ਮੈਨੂੰ ਤਾਂ ਸਿਰਫ ਇਹਨਾਂ ਦਾ ਨਾਂ ਪਤਾ ਨੇ, ਮੈਂ ਕਿਵਾਂ ਚਾਹੁੰਦਾ ਮੈਨੂੰ ਸੰਗੀਤ ਬਾਰੇ ਕੋਈ ਗਿਆਨ ਨਹੀਂ ਹੈਗਾ ਜੀ। ਇਹਦਾ ਇਨਡੈਪਥ ਹੁਣ ਪੰਜਾਬੀ ਯੂਨੀਵਰਸਿਟੀ ਵੱਲੋਂ ਸ਼ੁਰੂ ਕੀਤਾ ਗਿਆ ਜਿੱਥੇ ਕਿ ਉੱਥੇ ਗੁਰਮਤਿ ਰਾਗ ਦੇ ਉੱਤੇ ਜਿਹੜਾ ਹੈਗਾ ਉੱਥੇ ਕਲਾਸਿਸ ਲੱਗਦੀਆਂ ਹੈਗੀਆਂ ਨੇ। ਬੜੀ ਖੁਸ਼ੀ, ਸੋ ਇਹ ਬੜੀ ਵਧੀਆ ਗੱਲ ਹੈ ਕਿ ਦੁਬਾਰਾ ਤੋਂ ਉਸਨੂੰ ਸੁਰਜੀਤ ਕੀਤਾ ਜਾ ਰਿਹਾ ਸਾਡਾ ਇਹ ਪੁਰਾਤਨ ਜਿਹੜਾ ਇਤਿਹਾਸ ਹੈ, ਕਿਉਂਕਿ ਅਸੀਂ ਦੇਖਿਆ ਕਿ ਪਿਛਲੇ ਸਮੇਂ ਦੌਰਾਨ ਕੀਰਤਨੀਆਂ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ ਕਿ ਫਿਲਮਾਂ ਟੀਵੀਆਂ 'ਤੇ ਵੀ ਗਾਉਣ ਲੱਗ ਉਹ ਸ਼ੁਰੂ ਹੋ ਗਿਆ ਸੀ, ਪਰ ਹੁਣ ਮੁੜ ਤੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪੁਰਾਣਾ ਜਿਹੜਾ ਸਾਡਾ ਇਤਿਹਾਸ ਇਸ ਨੂੰ ਮੁੜ ਤੋਂ ਸੁਰਜੀਤ ਕੀਤਾ ਜਾਵੇ। ਬੜੀ ਖੁਸ਼ੀ ਦੀ ਗੱਲ ਹੈ ਜੀ। ਅਤੇ ਹੁਣ ਜਿਹੜੇ ਰਾਗ ਹੈ, ਰਾਗ ਦੀ ਕੈਟੇਗਰਾਈਜੇਸ਼ਨ ਵਿੱਚ ਗੁਰੂ ਸਾਹਿਬ ਨੇ ਬਹੁਤ ਸੋਹਣਾ ਸਿਸਟਮ ਕੀਤਾ ਕਿ ਸਭ ਤੋਂ ਪਹਿਲੇ ਸ਼ਬਦ ਨੇ, ਫਿਰ ਅਸ਼ਟਪਦੀਆਂ ਨੇ ਜੀ, ਫਿਰ ਛੰਤ ਨੇ ਅਤੇ ਫਿਰ ਵਾਰਾਂ ਨੇ। ਠੀਕ, ਅਤੇ ਸਮੁੱਚੇ ਰਾਗਾਂ ਵਿੱਚ ਇਹੀ ਹੀ ਤਰਤੀਬ ਹੈ। ਇਹਨਾਂ ਰਾਗਾਂ ਵਿੱਚ ਕਿਤੇ ਕਿਤੇ ਦੂਜੀਆਂ ਬਾਣੀਆਂ ਵੀ ਇੰਸਰਟ ਕੀਤੀਆਂ ਗਈਆਂ ਨੇ, ਜਿਵੇਂ ਸੁਖਮਨੀ ਸਾਹਿਬ ਦੀ ਬਾਣੀ ਹੋ ਗਈ, ਬਾਰਾਂ ਮਾਂ ਹੋ ਗਈ, ਜਾਂ ਜਿਵੇਂ ਸੁਚੱਜੀ ਹੋ ਗਈ, ਕੁਚੱਜੀ ਹੋ ਗਈ, ਗੁਣਵੰਤੀ ਹੋ ਗਈ, ਜਾਂ ਬਾਵਾ ਨਖਰੀ ਹੋ ਗਈ, ਪੱਟੀ ਹੋ ਗਈ, ਬੜੀ ਸਾਰੀ ਉਹ ਬਾਣੀਆਂ ਵੀ ਹੈਗੀਆਂ ਜਿਹੜੀਆਂ ਕਿ ਇਹਨਾਂ ਵਿੱਚ ਕਿਤੇ ਨਾ ਕਿਤੇ ਇੰਸਰਟ ਕੀਤੀਆਂ ਗਈਆਂ ਨੇ। ਰਾਈਟ, ਫਿਰ ਅਸੀਂ ਦੇਖਦੇ ਹਾਂ ਕਿ ਗੁਰੂ ਅੰਗਦ ਦੇਵ ਜੀ ਦੇ ਸਿਰਫ ਸ਼ਲੋਕ ਹਨ, ਤ੍ਰਿਣ ਸ਼ਲੋਕ। ਗੁਰੂ ਸਾਹਿਬ ਗੁਰੂ ਅੰਗਦ ਦੇਵ ਜੀ ਨੇ ਕੋਈ ਸ਼ਬਦ ਅਸ਼ਟਪਦੀ ਜਾਂ ਵਾਰ ਨਹੀਂ ਰਚੀ ਜੀ। ਅਤੇ ਇਹ ਸਾਰੀਆਂ ਦੇ ਸਾਰੇ ਜਿਹੜੇ ਆਪਣੇ ਫਿਰ ਜਿਹੜੇ ਗੁਰੂ ਤੇਗ ਬਹਾਦਰ ਜੀ ਬਾਣੀ ਦੇਖਦੇ ਹਾਂ ਉਹਨਾਂ ਦੇ ਸਿਰਫ ਸ਼ਬਦ ਅਤੇ ਸ਼ਲੋਕ ਹਨ, ਉਹਨਾਂ ਦੀ ਵੀ ਕੋਈ ਅਸ਼ਟਪਦੀ ਜਾਂ ਵਾਰਾਂ ਨਹੀਂ ਹਨ। ਓਕੇ, ਇਹ ਇੱਕ ਜਸਟ ਜਾਣਕਾਰੀ ਹੈਗੀ ਹੈ। ਸਭ ਤੋਂ ਵੱਧ ਬਾਣੀ ਗੁਰੂ ਅਰਜਨ ਦੇਵ ਜੀ ਦੀ ਹੈਗੀ ਹੈ, ਕੁੱਲ 22 ਵਾਰਾਂ ਹਨ ਅਤੇ 22 ਵਾਰਾਂ ਵਿੱਚ ਸਭ ਤੋਂ ਜ਼ਿਆਦਾ ਵੱਧ ਵਾਰਾਂ ਗੁਰੂ ਰਾਮਦਾਸ ਜੀ ਦੀਆਂ ਹਨ ਜੀ, ਜਿਹਦਾ ਇਕਾਸਾ ਕੀ ਵਾਰ ਤਾਂ ਇਹ ਸਾਰੇ ਜਾਣਦੇ ਹੀ ਹਾਂ। ਰਾਈਟ, ਵਾਰ ਇੱਕ ਕਿਸਮ ਦਾ ਇਹ ਸੰਗ੍ਰਹਿ ਹੈ ਜਿਹੜਾ ਕਿ ਢੱਡ ਸਾਰੰਗ ਦੇ ਨਾਲ ਗਾਇਆ ਜਾਂਦਾ ਜੀ। ਵਾਰ ਦਾ ਜੋ ਵਿਸ਼ਾ ਵਸਤੂ ਹੈ ਹੁੰਦਾ ਸੀ ਜੰਗ ਦਾ ਹੁੰਦਾ ਸੀ, ਯੁੱਧਾਂ ਦਾ, ਜਦੋਂ ਕਦੀ ਕਿਸੇ ਰਾਜੇ ਨੇ ਹਮਲਾ ਕਰਨਾ ਹੁੰਦਾ ਸੀਗਾ ਅਤੇ ਸਿਪਾਹੀਆਂ ਵਿੱਚ ਵੀਰ ਰਸ ਪਾਉਣ ਲਈ ਅਤੇ ਕਿਸੇ ਹੀਰੋ ਨਾਇਕ ਨੂੰ ਬਣਾ ਕੇ, ਆਦਰਸ਼ ਬਣਾ ਕੇ, ਇੰਸਪੀਰੇਸ਼ਨ, ਜਿਹੜੇ ਨਾਇਕ ਨੇ ਕੋਈ ਜ਼ਿਆਦਾ ਬੜਾ ਉੱਚਾ ਆਚਰਣ ਰਿਹਾ ਹੋਵੇ ਜਾਂ ਉਹਨੇ ਬੜੀ ਬਾਖੂਬੀ ਬਹਾਦਰੀ ਨਾਲ ਲੜਾਈ ਕੀਤੀ ਹੋਵੇ ਜਾਂ ਸ਼ਹੀਦੀ ਪਾਈ ਹੋਵੇ ਜੀ, ਅਤੇ ਉਹਦੀ ਗੱਲਾਂ ਨੂੰ ਉਭਾਰ ਕੇ ਵੀਰ ਰਸ ਪਾਇਆ ਜਾਂਦਾ ਸੀਗਾ। ਸੋ ਗੁਰੂ ਸਾਹਿਬ ਨੇ ਕਿਹਾ ਕਿ ਇਹ ਜਿਹੜੀ ਹੈ ਧਰਮਸ਼ਾਲ, ਇਹ ਧਰਤੀ, ਇਹ ਵੀ ਇੱਕ ਜੰਗੇ ਮੈਦਾਨ ਹੈ ਅਤੇ ਅਸੀਂ ਇਹ 'ਚ ਸਾਰੇ ਸਿਪਾਹੀ ਹੈਗੇ ਹਾਂ ਅਤੇ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਇਹ ਸਾਡੇ ਮਤਲਬ ਕਿ ਦੁਸ਼ਮਣ ਹੈਗੇ। ਠੀਕ, ਅਤੇ ਗੁਰੂ ਸਾਡਾ ਕੋਚ ਹੈਗਾ, ਕਹਿੰਦੇ ਹਾਂ ਗਸਾਈ ਦਾ ਪਹਿਲਵਾਨ ਲੜਾ, ਮੈਂ ਗੁਰਮਿਲ ਉੱਚ ਦੁਮਾ ਲੜਾ। ਸੋ ਜਿਹੜੇ ਗੁਰੂ ਤੋਂ ਟ੍ਰੇਨਿੰਗ ਲੈਂਦੇ ਨੇ ਅਤੇ ਇਸ ਜੰਗ ਨੂੰ ਜਿੱਤ ਜਾਂਦੇ ਨੇ, ਜਿਹੜੇ ਮਨਮੁੱਖ ਹੁੰਦੇ ਨੇ, ਗੁਰੂ ਤੋਂ ਟ੍ਰੇਨਿੰਗ ਨਹੀਂ ਲੈਂਦੇ ਜੀ, ਉਹ ਇਹ ਜੰਗ ਨੂੰ ਹਾਰ ਜਾਂਦੇ ਨੇ। ਸੋ ਵਾਰਾਂ ਵਿੱਚ ਜ਼ਿਆਦਾਤਰ ਇਹ ਵਿਸ਼ਾ ਵਸਤੂ ਹੈਗੀ ਹੈ, ਕੁੱਲ 22 ਵਾਰਾਂ ਨੇ। ਇਹ 22 ਵਾਰਾਂ ਵਿੱਚ ਇੱਕ ਵਾਰ ਸੱਤੇ ਬਲਵੰਡ ਦੀ ਹੈਗੀ ਹੈ ਜੀ, ਇਹ ਸੱਤਾ ਬਲਵੰਡ ਦੋ ਬ੍ਰਦਰ ਸਨ, ਰਾਮਕਲੀ ਰਾਗ ਵਿੱਚ ਹੈ, ਇਹ 'ਚ 8 ਪੌੜੀਆਂ ਨੇ, 3 ਵਾਰਾਂ ਬਲਵੰਡ ਦੀਆਂ ਅਤੇ ਪੰਜ ਪੌੜੀਆਂ, 3 ਸ਼ਾਇਦ ਬਲਵੰਡ ਦੀਆਂ ਅਤੇ ਜਿਹੜੀ 5 ਹੈਗੀਆਂ ਨੇ ਉਹ ਸੱਤੇ ਦੀਆਂ। ਇਹ ਵਾਰ ਬਹੁਤ ਹੀ ਕੀਮਤੀ ਵਾਰ ਹੈ ਸਿਧਾਂਤਕ ਪੱਖੋਂ ਵੀ ਅਤੇ ਇਤਿਹਾਸਕ ਪੱਖੋਂ ਵੀ ਜੀ, ਅਤੇ ਇਹ ਮਤਲਬ ਕਿ ਸੋਚਦਾ ਕਿ ਇਸ ਵਾਰ 'ਤੇ ਵੀ ਇੱਕ ਅਲੱਗ ਪੂਰੀ ਹੋਣੀ ਚਾਹੀਦੀ ਹੈ। ਰਾਈਟ, ਇਹਦੇ ਵਿੱਚ ਹੀ ਇਹ ਪ੍ਰਗਟ ਹੋ ਜਾਂਦਾ ਵੀ ਜਿੱਦਾਂ ਨਾਨਕ ਰਾਜ ਚਲਾਇਆ, ਸੱਚ ਕੋਟ ਸਤਾਣੀ ਨੀਵਤ ਹੈ, ਅਤੇ ਗੁਰੂ ਨਾਨਕ ਦੇਵ ਜੀ ਨੇ ਉਹ ਸਿਮਰਨ ਦਾ, ਸੱਚ ਦਾ ਰਾਜ ਚਲਾਇਆ ਅਤੇ ਜਿਹੜਾ ਕਿਲਾ ਉਸਾਰਿਆ ਗੁਰੂ ਸਾਹਿਬ ਨੇ ਸੱਚ ਦਾ, ਉਹਦੇ 'ਤੇ ਉਹਨਾਂ ਨੇ ਜਿਹੜੀ ਨੀਵ ਜਿਹੜੀ ਸੀ, ਸਤਾਣੀ ਮੀਨਸ ਬੜੀ ਤਾਕਤ ਵਾਲੀ ਜੀ, ਸੋ ਗੁਰੂ ਸਾਹਿਬ ਨੇ ਨੀਂਹ ਬੜੀ ਪੱਕੀ ਕਰਕੇ ਤਿਆਰ ਕੀਤੀ। ਉਹਦੇ ਵਿੱਚ ਸਾਨੂੰ ਇਹ ਵਾਰ 'ਚ ਪਤਾ ਲੱਗਦਾ ਕਿ ਜੋਤ ਉਹਾ ਜੁਗਤ ਸਾਏ ਸਹਿਕ ਆਇਆ ਫਿਰ ਪਲਟੀ ਹੈ, ਅਤੇ ਵੀ ਜੋਤ ਇੱਕੋ ਹੀ ਸੀ
ਅਤੇ ਗੁਰੂ ਸਾਹਿਬ ਦੇ ਜਿਹੜੇ ਸਰੀਰ ਨੇ ਉਹ ਬਦਲਦੇ ਰਹੇ ਅਤੇ ਯੋਗ ਜੁਗਤ ਅਤੇ ਜਿਹੜਾ ਰਸਤਾ ਸੀ ਅਪਰੋਚ ਸੀ ਅਤੇ ਉਹ ਸਾਰੀ ਜਿਹੜੀ ਆਈਡੀਓਲੋਜੀ ਸੀ ਉਹ ਇੱਕੋ ਦਮ ਸੀ ਸੋ ਅਸੀਂ ਕਈ ਵਾਰ ਭੁਲੇਖ 'ਚ ਕਹਿ ਜਾਂਦੇ ਨੇ ਵੀ ਜਿੱਦਾਂ ਗੁਰੂ ਨਾਨਕ ਦੇਵ ਜੀ ਦਾ ਰਸਤਾ ਹੋਰ ਸੀ ਗੁਰੂ ਗੋਬਿੰਦ ਸਿੰਘ ਜੀ ਦਾ ਹੋਰ ਸੀ ਸੋ ਇਹ ਗੱਲ ਬਿਲਕੁਲ ਗਲਤ ਹੈਗੀ ਨਿਰਮੂਲ ਹੈਗੀ ਹੈ ਇਸੀ ਬਾਣੀ ਵਿੱਚ ਹੀ ਸਾਨੂੰ ਮੈਰਿਟ ਦਾ ਪਤਾ ਲੱਗਦਾ ਹੈ ਕਿ ਗੁਰੂ ਸਾਹਿਬ ਨੇ ਹਮੇਸ਼ਾ ਗੁਣ ਨੂੰ ਤਰਜੀਹ ਦਿੱਤੀ ਹੈ ਕੁੱਲ ਅਤੇ ਜਨਮ ਨੂੰ ਕੋਈ ਤਰਜੀਹ ਨਹੀਂ ਦਿੱਤੀ ਰਾਈਟ ਇਹ ਬੜੀ ਇੱਕ ਦੁੱਖ ਵਾਲੀ ਗੱਲ ਹੈ ਸਾਡੇ ਸ਼ਾਇਦ ਸੰਗਤ ਦੀ ਅਣਗਹਿਲੀ ਨਲੈਕੀ ਹੈ ਕਿ ਅਸੀਂ ਦੇਖਦੇ ਹਾਂ ਕਿ ਉਹ ਸ਼੍ਰੀ ਚੰਦ ਦੇ ਨੂੰ ਬੜਾ ਜ਼ਿਆਦਾ ਉਭਾਰਿਆ ਜਾ ਰਿਹਾ ਜੀ ਅੱਜ ਕੱਲ੍ਹ ਖਾਸ ਤੌਰ 'ਤੇ ਅਸੀਂ ਦੇਖਿਆ ਪਿਛਲੇ ਕੁਝ ਸਮੇਂ ਤੋਂ ਜਦਕਿ ਕੌਨਸੈਪਟ ਕੁਝ ਹੋਰ ਸੀ ਕੌਨਸੈਪਟ ਕੁਝ ਹੋਰ ਲੈਂਦੇ ਇੱਕ ਬ੍ਰੇਕ ਜੀ ਅਤੇ ਕੀ ਕੌਨਸੈਪਟ ਸੀ ਗੁਰੂ ਸਾਹਿਬ ਨੇ ਕਿਉਂ ਇਹ ਜਿਹੜਾ ਸੀ ਕਿ ਵੀ ਫੈਮਿਲੀ ਡਾਇਨੈਸਟੀ ਨੂੰ ਨਹੀਂ ਪ੍ਰੇਰਨਾ ਦਿੱਤੀ ਅਤੇ ਅੱਜ ਅਸੀਂ ਕਿਉਂ ਉਸ ਦੇ ਵਿੱਚ ਵਾਪਸ ਪੈ ਰਹੇ ਇਹਦੇ ਬਾਰੇ ਵੀ ਚਰਚਾ ਕਰਨੀ ਇਸ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਖਾਲਸਾ ਕ੍ਰੈਡਿਟ ਯੂਨੀਅਨ ਇੱਕ ਐਸੀ ਬੈਂਕਿੰਗ ਸੰਸਥਾ ਹੈ ਜਿੱਥੇ ਆ ਕੇ ਤੁਹਾਨੂੰ ਕਦੇ ਵੀ ਨਿਰਾਸ਼ਤਾ ਨਹੀਂ ਹੁੰਦੀ ਕ੍ਰੈਡਿਟ ਹਿਸਟਰੀ ਬਹੁਤ ਥੋੜ੍ਹੀ ਹੈ ਸੈਲਫ ਇੰਪਲੋਇਡ ਹੋ ਜਾਂ ਸਟੂਡੈਂਟ ਲੋਨ ਲੈਣਾ ਹੈ ਤਾਂ ਫਿਰ ਫਿਕਰ ਕਰਨ ਦੀ ਲੋੜ ਨਹੀਂ ਖਾਲਸਾ ਕ੍ਰੈਡਿਟ ਯੂਨੀਅਨ ਉਹ ਰਾਜ ਜਿੱਥੇ ਤੁਸੀਂ ਹਮੇਸ਼ਾ ਵਿਸ਼ਵਾਸ ਕਰ ਸਕਦੇ ਹੋ ਖਾਲਸਾ ਕ੍ਰੈਡਿਟ ਯੂਨੀਅਨ 'ਤੇ ਆਓਗੇ ਤਾਂ ਹਰ ਕਿਸਮ ਦੀ ਮੌਰਗੇਜ ਅਪਰੂਵਲ ਵਧੀਆ ਰੇਟਸ 'ਤੇ ਮਿਲੇਗੀ ਅਤੇ ਨਾਲ ਹੀ ਮਿਲੇਗਾ ਮੁਫਤ ਚੈਕਿੰਗ ਅਕਾਊਂਟ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਦੇ ਸੰਬੰਧ ਵਿੱਚ ਅੱਜ ਅਸੀਂ ਸਾਂਝ ਪਾ ਰਹੇ ਹਾਂ ਤੁਹਾਡੇ ਨਾਲ ਅਤੇ ਮੇਰਾ ਸਾਥ ਦੇ ਰਹੇ ਨੇ ਕੈਪਟਨ ਯਸ਼ਪਾਲ ਸਿੰਘ ਜੀ ਆਓ ਹੋਰ ਇਨਫੋਰਮੇਸ਼ਨ ਲੈਣੇ ਜਿਸ ਤਰ੍ਹਾਂ ਬ੍ਰੇਕ ਤੋਂ ਪਹਿਲਾਂ ਅਸੀਂ ਗੱਲਬਾਤ ਕਰ ਰਹੇ ਸੀ ਕਿ ਇਹ ਬਣਤਰ ਜੋ ਬਣਾਈ ਗਈ ਇਸਦਾ ਇੱਕ ਖਾਸ ਮਕਸਦ ਸੀ ਪੌੜੀਆਂ ਵਾਰਾਂ ਇਹ ਸਭ ਚੀਜ਼ਾਂ ਜੋ ਹਨ ਇਸ ਦੇ ਵਿੱਚੋਂ ਸਾਨੂੰ ਕੁਝ ਨਾ ਕੁਝ ਉਪਦੇਸ਼ ਜ਼ਰੂਰ ਮਿਲਦਾ ਹੈ ਕੈਪਟਨ ਯਸ਼ਪਾਲ ਸਿੰਘ ਜੀ ਤੋਂ ਆਓ ਹੋਰ ਜਾਣਕਾਰੀ ਲੈਣੇ ਜੀ ਕੈਪਟਨ ਸਾਹਿਬ ਸੋ ਅਸੀਂ ਗੱਲ ਕਰ ਰਹੇ ਸੀ ਗੁਰੂ ਨਾਨਕ ਦੇਵ ਜੀ ਦੀ ਗੱਲ ਕਰ ਰਹੇ ਸੀ ਅਤੇ ਅੱਜ ਜੋ ਇੱਕ ਨਵਾਂ ਟ੍ਰੈਂਡ ਸ਼ੁਰੂ ਹੋ ਰਿਹਾ ਇਹ ਤੁਸੀਂ ਕਿਉਂ ਸਮਝਦੇ ਹੋ ਕਿ ਗਲਤ ਹੈਗਾ ਇਹ ਬਿਲਕੁਲ ਗਲਤ ਹੈ ਜੀ ਇਹ ਜੋ ਇਹਦੇ ਪਿੱਛੇ ਮੇਨ ਤਾਂ ਸਵਾਰਥ ਅਤੇ ਮੋਹ ਹੀ ਹੁੰਦਾ ਪਰ ਗੁਰੂ ਸਾਹਿਬ ਨੇ ਇਹਨਾਂ ਚੀਜ਼ਾਂ ਤੋਂ ਸਾਨੂੰ ਸਮਝਾਇਆ ਹੈ ਵੀ ਅਗਰ ਕਿਸੇ ਨੂੰ ਕੋਈ ਰੁਤਬਾ ਦੇਣਾ ਹੈ ਕੋਈ ਸਟੇਟਸ ਦੇਣਾ ਜਾਂ ਕੋਈ ਜ਼ਿੰਮੇਵਾਰੀ ਦੇਣੀ ਹੈ ਤਾਂ ਉਹਦੇ ਮੈਰਿਟ ਦੇ ਹਿਸਾਬ ਨਾਲ ਹੋਣੀ ਚਾਹੀਦੀ ਹੈ ਰਾਈਟ ਅਤੇ ਨਾ ਕਿ ਇਸ ਕਰਕੇ ਕਿ ਉਹ ਫਲਾਣੇ ਦਾ ਪੁੱਤਰ ਹੈਗਾ ਜਾਂ ਮੇਰਾ ਪੁੱਤਰ ਹੈਗਾ ਹੁਣ ਦੇਖੋ ਗੁਰੂ ਸਾਹਿਬ ਨੇ ਆਪਣਾ ਸੱਤੇ ਬਲਵੰਡ ਨੇ ਵਾਰ 'ਚ ਸਾਫ਼ ਲਿਖਿਆ ਕਿ ਪੁੱਤਰੀ ਕੌਲ ਨਾ ਪਾਲਿਓ ਜਿਹੜੇ ਆਪਣੇ ਉਹਨਾਂ ਦੇ ਪੁੱਤਰ ਸੀ ਗੁਰੂ ਨਾਨਕ ਦੇਵ ਜੀ ਨੇ ਉਹਨਾਂ ਨੇ ਗੁਰੂ ਦਾ ਬਚਨ ਨਹੀਂ ਪਾਲਿਆ ਪਰ ਭਾਈ ਲਹਿਣਾ ਜੀ ਉਹਨਾਂ 'ਤੇ ਇਹਨ ਵੀ ਮਤਲਬ ਕਿ ਮਨੋ ਤਨੋ ਗੁਰੂ ਸਾਹਿਬ ਦੇ ਹੁਕਮ ਦੀ ਪਾਲਣਾ ਕਰਦੇ ਰਹੇ ਅਤੇ ਇਸੇ ਕਰਕੇ ਉਹ ਗੁਰੂ ਸਾਹਿਬ ਨੇ ਜਿਹੜਾ ਜ਼ਿੰਮੇਵਾਰੀ ਦਾ ਟਿੱਕਾ ਸੀ ਉਹਨਾਂ ਨੂੰ ਭਾਈ ਲਹਿਣਾ ਜੀ ਨੂੰ ਦਿੱਤਾ ਠੀਕ ਹੋਰ ਦੂਜੀ ਗੱਲ 'ਚ ਇਹ ਪਤਾ ਹੁੰਦੀ ਵੀ ਗੁਰੂ ਸਾਹਿਬ ਤਨ ਹੁੰਦੇ ਉਹਨੂੰ ਟ੍ਰੇਨ ਵੀ ਕਰਦੇ ਰਹੇ ਅਤੇ ਜ਼ਿੰਮੇਵਾਰੀ ਨਾਲ ਦਿੰਦੇ ਰਹੇ ਠੀਕ ਇਹ ਨਹੀਂ ਕਿ ਵੀ ਡੈਥ ਹੋ ਜਾਵੇ ਅਤੇ ਬਾਅਦ 'ਚ ਦੇਖਦੇ ਨੇ ਡੇਰਿਆਂ ਵਿੱਚ ਨਾ ਇੱਟ ਖੜਕਾ ਫਿਰ ਮੁਕੱਦਮੇ ਚੱਲਦੇ ਨੇ ਅਤੇ ਅਸੀਂ ਇੱਧਰੋਂ ਇੱਕ ਇਹ ਸਬਕ ਜ਼ਰੂਰ ਮਿਲਦਾ ਹੈ ਕਿ ਅਸੀਂ ਜਦੋਂ ਕੋਈ ਗੁਣ ਹਾਸਿਲ ਕਰ ਲੈਂਦੇ ਹਾਂ ਅਤੇ ਇਮੀਡੀਏਟਲੀ ਸਾਨੂੰ ਯੰਗਸਟਰਸ ਨੂੰ ਉਸ ਗੁਣ ਵਿੱਚ ਟ੍ਰੇਨ ਕਰਨਾ ਚਾਹੀਦਾ ਐਬਸੋਲੂਟਲੀ ਅਤੇ ਹੌਲੀ 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 ਇਹ ਨਹੀਂ ਕਿ ਉਹ ਜਿਹੜਾ ਸਾਨੂੰ ਗੁਣ ਮਿਲ ਗਿਆ ਉਹਨੂੰ ਆਪਣੇ ਕੋਲ ਹੀ ਲੁਕੋ ਕੇ ਰੱਖੀਏ ਆਪਣੇ ਕੋਲ ਹੀ ਸਾਂਭ ਕੇ ਇੱਕ ਸਾਡੇ 'ਚ ਇਹ ਬੜੀ ਰੁਚੀ ਹੈਗੀ ਹੈ ਜੀ ਅਤੇ ਇੱਕ ਤਾਂ ਸਾਨੂੰ ਆਪਣਾ ਰਿਪਲੇਸਮੈਂਟ ਵੈਲ ਇਨ ਟਾਈਮ ਤਿਆਰ ਕਰਨਾ ਚਾਹੀਦਾ ਅਤੇ ਉਹ ਜ਼ਿੰਮੇਵਾਰੀ ਸਾਨੂੰ ਸਮੇਂ ਸਿਰ ਦੇ ਦੇਣੀ ਚਾਹੀਦੀ ਹੈ ਹੁਣ ਇੱਧਰ ਸਵਾਲ ਪੈਦਾ ਹੁੰਦਾ ਹੈ ਕਿ ਅਸੀਂ ਗੁਰਦੁਆਰਿਆਂ ਵਿੱਚ ਕਿੰਨਾ ਆਪਣੇ ਯੰਗਸਟਰਸ ਨੂੰ ਇਨਵੋਲਵ ਕਰ ਰਹੇ ਹਾਂ ਇਨਵੋਲਵ ਕਰਦੇ ਹਾਂ ਬਿਲਕੁਲ ਪ੍ਰਬੰਧ ਵਿੱਚ ਔਰਗੇਨਾਈਜ਼ਿੰਗ ਵਿੱਚ ਜਾਂ ਕਿਸੇ ਵਿਜ਼ਨ ਵਿੱਚ ਜਾਂ ਕੋਈ ਪਲੈਨਿੰਗ ਵਿੱਚ ਜਾਂ ਐਗਜ਼ੀਕਿਊਸ਼ਨ ਵਿੱਚ ਰਾਈਟ ਅਤੇ ਆਮ ਤੌਰ 'ਤੇ ਮੈਂ ਦੇਖਿਆ ਜਿਹੜੇ ਪ੍ਰੈਸ਼ਰ ਪੈਂਦਾ ਵੀ ਹੈ ਨਾ ਅਤੇ ਉਹ ਜਿਹੜੇ ਸੰਗਤ ਦਾ ਲੀਨ ਟਾਈਮ ਹੁੰਦਾ ਨਾ ਉਸ ਲਈ ਕਹਿੰਦੇ ਚਲੋ ਜੀ ਅੱਛਾ ਚਲੋ ਬੱਚਿਆਂ ਨੂੰ ਪ੍ਰੋਗਰਾਮ ਕਰਾ ਦਿਉ ਜਦੋਂ ਸੰਗਤ ਵਿੱਚ ਕੋਈ ਬੰਦੇ ਨਹੀਂ ਬੈਠਾ ਹੁੰਦਾ ਪ੍ਰਾਈਮ ਟਾਈਮ ਵਿੱਚ ਅਸੀਂ ਕਦੀ ਵੀ ਬੱਚਿਆਂ ਨੂੰ ਕੀਰਤਨ ਕਰਨ ਦਾ ਕਵੀਸ਼ਰੀ ਦਾ ਲੈਕਚਰ ਦਾ ਮੌਕਾ ਨਹੀਂ ਦਿੰਦੇ ਸੋ ਇਹ ਜਿਹੜੀ ਚੀਜ਼ ਹੈ ਗੁਰੂ ਸਾਹਿਬ ਗੁਰੂ ਜਿਹੜੇ ਗੁਰਦੁਆਰਾ ਸਾਹਿਬ ਨੇ ਸਾਡੇ ਕਿਸਮ ਦੇ ਟ੍ਰੇਨਿੰਗ ਸੈਂਟਰ ਵੀ ਹੈਗੇ ਨੇ ਇੱਕ ਬੰਦਾ ਜਿਹੜਾ ਸੇਵਾ ਕਰਦਾ ਉਹ ਲੰਗਰ ਦੀ ਸੇਵਾ ਕਰਦਾ ਉਹ ਕਿਸੇ ਨੂੰ ਅੱਗੇ ਨਹੀਂ ਵੜਨ ਦਿੰਦਾ ਜੀ ਉਹ ਅਸੀਂ ਦੇਖਦੇ ਹਾਂ ਕਿ ਜਗ੍ਹਾ ਸੇਵਾ ਦੇ ਕਿਸਮ ਦੇ ਗਰੁੱਪਸ ਹੀ ਬਣ ਗਏ ਨੇ ਗੈਂਗ ਹੀ ਬਣ ਗਏ ਨੇ ਉਹ ਕਿਸੇ ਨਵੇਂ ਬੰਦੇ ਨੂੰ ਆਉਣ ਨਹੀਂ ਦਿੰਦੇ ਸੋ ਇਹ ਜਿਹੜੀ ਰੁਚੀ ਹੈ ਇਹ ਤਾਂ ਸਾਨੂੰ ਅਗੇਨ ਇਹ ਰੁਚੀਆਂ ਤਾਂ ਹੀ ਪ੍ਰਬਲ ਹੁੰਦੀਆਂ ਹੈ ਜਦੋਂ ਅਸੀਂ ਮਨ ਦੇ ਮਗਰ ਲੱਗ ਕੇ ਸਿਰਫ ਉਸ ਕਿਰਿਆ ਨੂੰ ਜੁੜ ਜਾਂਦੇ ਹਾਂ ਅਤੇ ਗੁਰੂ ਦੀ ਬਾਣੀ ਨੂੰ ਨਹੀਂ ਸਮਝਦੇ ਗੁਰਸਾਹਿਬ ਨੇ ਚਾਕਰ ਲੱਗੇ ਚਾਕਰੀ ਜੇ ਚੱਲੇ ਸਤਿਗੁਰ ਪਾਏ ਜਿਹੜਾ ਸਤਿਗੁਰੂ ਦੀ ਭਾਣੇ ਵਿੱਚ ਤੁਰਦਾ ਹੈ ਉਹੀ ਚਾਕਰ ਉਸੀ ਚਾਕਰ ਦੀ ਚਾਕਰੀ ਨੂੰ ਮਤਲਬ ਅਸੀਂ ਉਸੀ ਸੇਵਾਦਾਰ ਦੀ ਸੇਵਾ ਨੂੰ ਸੇਵਾਦਾਰ ਕਹਿ ਸਕਦੇ ਹਾਂ ਜਿਹੜਾ ਸਤਿਗੁਰੂ ਦੀ ਮਰਜ਼ੀ ਦੇ ਹਿਸਾਬ ਨਾਲ ਚੱਲਦਾ ਪਰ ਜੇ ਚਾਕਰ ਲੱਗੇ ਚਾਕਰੀ ਨਾਲੇ ਗਰਵਾਦ ਗੱਲਾਂ ਕਰੇ ਘਨੇਰੀਆਂ ਖਸਮ ਨਾ ਪਾਏ ਸਾਧ ਪਰ ਜੇ ਮੂੰਹ ਦੇ ਬੋਲ ਜਿਹੜੇ ਨੇ ਉਹ ਕੌੜੇ ਰਹਿਣ ਹੰਕਾਰ ਵਾਲੇ ਰਹਿਣ ਅਤੇ ਜਿਹੜੀ ਸੇਵਾ ਕੀਤੀ ਉਹ ਥਾਂ ਨਹੀਂ ਪੈਂਦੀ ਸੋ ਇੱਥੋਂ ਦੀ ਇਹ ਸਾਨੂੰ ਇਹ ਵਾਰ 'ਚੋਂ ਇਹ ਜ਼ਰੂਰ ਪਤਾ ਲੱਗਦਾ ਵੀ ਇੱਕ ਤਾਂ ਜਿਹੜੇ ਗੁਰੂ ਸਾਹਿਬ ਦੀ ਅੰਸ਼ ਅੱਜ ਬੜੇ ਇੱਦਾਂ ਦੇ ਬਣੇ ਹੋਏ ਨੇ ਅਸੀਂ ਤ੍ਰੇਹਨ ਹੁੰਦੇ ਹਾਂ ਜੀ ਜੀ ਅਸੀਂ ਬੇਦੀ ਹੁੰਦੇ ਹਾਂ ਜੀ ਜਾਂ ਕੋਈ ਕਹਿੰਦਾ ਅਸੀਂ ਸੋਢੀ ਹੈਗੇ ਹਾਂ ਜੀ ਸੋ ਇਹਨਾਂ ਗੱਲਾਂ ਤੋਂ ਹੀ
ਮਤਲਬ ਕਿ ਇਸ ਤਰ੍ਹਾਂ ਹੈ ਕਿ ਇੱਕ ਨਲਾਇਕ ਪੁੱਤਰ ਹੋਵੇ, ਉਹ ਕਹੀ ਜਾਵੇ ਮੇਰਾ ਦਾਦਾ ਜੱਜ ਸੀ, ਮੇਰਾ ਪਿਓ ਡਾਕਟਰ ਸੀ, ਅਤੇ ਉਹ ਬੰਦਾ ਪੁੱਛੇ ਵੀ ਤੂੰ ਕੀ ਹੈਗਾ, ਤੂੰ ਆਪਣੇ ਬਾਰੇ ਵੀ ਤਾਂ ਦੱਸ। ਰਾਈਟ। ਸੋ ਸਾਡਾ ਨਾ ਇੱਕ ਵਿਦਾਊਟ ਐਨੀ ਮਤਲਬ ਕਿ ਟੈਲੈਂਟ, ਵਿਦਾਊਟ ਐਨੀ ਮੈਰਿਟ, ਮੈਰਿਟ ਅਸੀਂ ਇਸੀ ਗੱਲ 'ਤੇ ਮਾਣ ਕਰੀ ਜਾਂਦੇ ਕਿ ਅਸੀਂ ਸੋਢੀ ਹੈਗੇ ਹਾਂ ਜਾਂ ਸਾਡੀ ਲੀਨੀਏਜ ਜਿਹੜੀ ਬੜੀ ਸਟਰੋਂਗ ਹੈਗੀ। ਸੋ ਗੁਰਬਾਣੀ ਵਿੱਚ ਇਸ ਚੀਜ਼ ਦੀ ਬਿਲਕੁਲ ਵੀ ਰੱਤੀ ਭਰ ਵੀ ਇਹਦੀ ਕੋਈ ਵੈਲਿਊ ਨਹੀਂ ਹੈਗੀ। ਤੋ ਜੋ ਸੋ ਸਿੱਖ ਸਖਾ ਬੰਦਪ ਹੈ ਭਾਈ, ਜੋ ਗੁਰੂ ਕੇ ਭਾਣੇ ਵਿੱਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਸੋ ਇਸ ਵਾਰ 'ਚ ਸਾਨੂੰ ਇਹ ਸਿਧਾਂਤ ਇੱਕ ਤਾਂ ਦਸ ਗੁਰੂ ਇੱਕ ਜੋਧ ਦਾ ਪਤਾ ਲੱਗਦਾ, ਅਤੇ ਸਿਰਫ ਆਪਣੇ ਪੁੱਤਰਾਂ ਨੂੰ ਕੁੱਲ ਵਿੱਚ ਜਿਹੜੀ ਹੈ ਅੱਜ ਚੱਲ ਰਿਹਾ ਸ਼੍ਰੀ ਚੰਦ ਦਾ ਗੁਰਦੁਆਰਾ, ਹੋਰ ਬਲਕਿ ਮੈਨੂੰ ਤਾਂ ਪਤਾ ਲੱਗਿਆ ਕਿ ਆਪਣੇ ਕਈ ਢਾਡੀ ਅਤੇ ਕਈ ਕੀਰਤਨੀਏ ਵੀ ਇਸ ਚੀਜ਼ ਨੂੰ ਗੁਰਦੁਆਰਿਆਂ ਵਿੱਚ, ਸਿੰਘ ਸਭਾ ਗੁਰਦੁਆਰਿਆਂ ਵਿੱਚ ਇਹਨਾਂ ਗੱਲਾਂ ਨੂੰ ਪ੍ਰਚਾਰਦੇ ਨੇ ਜੀ। ਜਸਟ ਟੂ ਮੇ ਵੀ ਪਤਾ ਨਹੀਂ ਕੀ ਉਹਨਾਂ ਦਾ, ਜਾਂ ਤਾਂ ਉਹਨਾਂ ਨੂੰ ਨੌਲੇਜ ਨਹੀਂ ਹੈਗੀ ਅਤੇ ਜਾਂ ਜਾਣ ਬੁੱਝ ਕੇ ਕੋਈ ਉਹਨਾਂ ਦੇ ਕੋਈ ਸਵਾਰਥ ਹੋਏਗਾ। ਸੋ ਇਹਨਾਂ ਚੀਜ਼ਾਂ ਤੋਂ ਸਾਨੂੰ ਬਚਣਾ ਚਾਹੀਦਾ, ਅਤੇ ਸੰਗਤ ਨੂੰ ਇਹੋ ਜਿਹੇ ਬੰਦਿਆਂ ਨੂੰ ਕੁਸ਼ਚਨ ਕਰਨਾ ਚਾਹੀਦਾ ਵੀ ਤੁਸੀਂ ਕਿਸ ਆਧਾਰ 'ਤੇ ਕਹਿੰਦੇ, ਗੁਰਬਾਣੀ 'ਚ ਤਾਂ ਇਹ ਗੱਲ ਲਿਖੀ ਹੈ ਜੀ। ਭਾਈ ਗੁਰਦਾਸ ਜੀ ਨੇ ਤਾਂ ਬਾਬਾ ਸ਼੍ਰੀ ਚੰਦ ਨੂੰ ਬਾਂਸ ਆਖਿਆ, ਬਾਂਸ। ਹੁਣ ਬਾਂਸ ਗੁਰਬਾਣੀ ਵਿੱਚ ਬਾਂਸ ਦੀ ਕੀ ਉਪਮਾ ਹੈਗੀ ਹੈ? ਭਗਤ ਕਬੀਰ ਦਾ ਇੱਕ ਸ਼ਲੋਕ ਹੈ, ਕਹਿੰਦੇ ਕਬੀਰ ਬਾਂਸ ਬੜਾਈ ਬੁੱਢਿਆ, ਇਉਂ ਮਤ ਡੂਬੋ ਕੋਏ, ਚੰਦਨ ਕਹਿ ਨਿਕਟੈ ਬਸੈ, ਬਾਂਸ ਸੁਗੰਧ ਨਾ ਹੋਏ। ਠੀਕ। ਬਾਂਸ ਆਪਣੀ ਰਿਜੀਡਿਟੀ ਕਰਕੇ, ਲੰਬਾਈ ਆਕੜ ਕਰਕੇ ਡੁੱਬ ਗਿਆ, ਚੰਦਨ ਦੇ ਨੇੜੇ ਹੋ ਕੇ ਵੀ ਬਾਂਸ ਵਿੱਚ ਸੁਗੰਧੀ ਨਹੀਂ ਆਉਂਦੀ, ਬਾਕੀ ਸਾਰੇ ਬੂਟਿਆਂ 'ਚ ਆ ਜਾਂਦੀ। ਅਰਥਾਤ ਬਾਬਾ ਸ਼੍ਰੀ ਚੰਦ ਆਪਣੀ ਦੂਜਾ ਮਤ ਚਲਾ ਕੇ ਆਪਣੇ ਅਹੰਕਾਰ ਵਿੱਚ ਗੁਰੂ ਨਾਨਕ ਦੇਵ ਜੀ ਦੇ ਚੰਦਨ ਰੂਪੀ ਗੁਰੂ ਨਾਨਕ ਦੇਵ ਜੀ ਕੋਈ ਗੁਣ ਪ੍ਰਾਪਤ ਨਾ ਕਰ ਸਕੇ, ਉਹ ਗੁਰੂ ਘਰ ਤੋਂ ਆਕ ਹੀ ਰਹੇ, ਗੁਰੂ ਘਰ ਦੇ ਬਾਗੀ ਰਹੇ। ਸੋ ਅਸੀਂ ਸਿਰਫ ਇਸ ਕਰਕੇ ਉਹਨਾਂ ਨੂੰ ਪ੍ਰਤਿਸ਼ਠਾ ਜਾਂ ਮਾਣ ਨਹੀਂ ਲੈਣਾ ਕਿ ਉਹ ਗੁਰੂ ਨਾਨਕ ਦੇਵ ਜੀ ਦੇ ਸਪੁੱਤਰ ਸਨ। ਠੀਕ। ਇਸ ਤਰ੍ਹਾਂ ਦੇ ਪ੍ਰਿਥੀ ਚੰਦ ਵੀ ਗੁਰੂ ਰਾਮਦਾਸ ਜੀ ਦਾ ਪੁੱਤਰ ਸੀਗਾ, ਜੋ ਹਮੇਸ਼ਾ ਗੁਰੂ ਅੰਗਦ ਗੁਰੂ ਅਰਜਨ ਦੇਵ ਜੀ ਦਾ ਵਿਰੋਧ ਕਰਦਾ ਰਿਹਾ। ਧੀਰਮਲ ਵੀ ਗੁਰੂ ਅੰਸ਼ ਵਿੱਚੋਂ ਸੀ ਜਿਹਨੇ ਗੁਰੂ ਤੇਗ ਬਹਾਦਰ ਦੀ ਗੋਲੀ ਚਲਾਈ। ਸੋ ਇਹਨਾਂ ਚੀਜ਼ਾਂ ਬਾਰੇ ਸਾਨੂੰ ਇਹ ਬਾਣੀ ਪੜ੍ਹ ਕੇ ਇਹ ਪਤਾ ਲੱਗਦਾ ਕਿ ਇਹਨਾਂ ਚੀਜ਼ਾਂ ਦਾ ਸਾਨੂੰ ਮਨ ਵਿੱਚ ਕੋਈ ਸੰਸਾ ਜਿਹੜਾ ਨਹੀਂ ਹੋਣਾ ਚਾਹੀਦਾ। ਇਹ 22 ਵਾਰਾਂ ਜਿਹੜੀਆਂ ਹੈਗੀਆਂ, ਇਹ 'ਚ 2 ਵਾਰਾਂ ਵਿੱਚ ਕੋਈ ਸ਼ਲੋਕ ਨਹੀਂ ਹੈਗੇ, ਜਿਹੜੇ ਸ਼ਲੋਕ ਨੇ ਇਹ ਗੁਰੂ ਅਰਜਨ ਦੇਵ ਜੀ ਨੇ ਐਡ ਕੀਤੇ ਸਨ ਜੀ। ਗੁਰੂ ਸਾਹਿਬ ਨੇ ਕੀ ਕੀਤਾ, ਜਦੋਂ ਬੀੜ ਬੰਨੀ ਅਤੇ 12 ਵਿੱਚ ਹਰ ਪੌੜੀ ਤੋਂ ਪਹਿਲੇ ਘੱਟ ਤੋਂ ਘੱਟ 2 ਸ਼ਲੋਕ ਪਹਿਲੀ ਪਾਤਸ਼ਾਹ 5 ਪਾਤਸ਼ਾਹੀਆਂ 'ਤੇ ਜਿਹੜੇ ਨੇ ਉਹਨਾਂ ਨੇ ਇੰਸਰਟ ਕਰਤੇ ਵਿਸ਼ਾ ਦੇ ਹਿਸਾਬ ਦੇ ਨਾਲ। ਸੋ ਉਹਦੇ ਵਿੱਚ ਅਸੀਂ ਦੇਖਾਂਗੇ ਜਿਹੜੇ ਅੱਗੇ ਚੱਲਾਂਗੇ ਕਿ ਗੁਰੂ ਅੰਗਦ ਦੇਵ ਜੀ ਦੇ ਸਾਰੇ ਸ਼ਲੋਕ ਇਹਨਾਂ 12 ਵਿੱਚ ਹੀ ਐਡਜਸਟ ਹੋ ਗਏ ਜੀ। ਜਿਹੜੇ ਸ਼ਲੋਕ ਐਕਸਟਰਾ ਬਚ ਗਏ ਉਹ ਫਿਰ ਅਖੀਰ 'ਤੇ ਜਾ ਕੇ ਇੱਕ ਬਾਣੀ ਦਾ ਟਾਈਟਲ ਹੈਗਾ ਸ਼ਲੋਕ 12 ਅਤੇ ਵਧੀਕ, ਵੀ 12 ਤੋਂ ਵੱਧ। ਠੀਕ। ਜਿਹੜੇ ਸ਼ਲੋਕ 12 ਵਿੱਚੋਂ ਇੰਸਰਟ ਕਰਨ ਤੋਂ ਬਾਅਦ ਬਚ ਗਏ ਉਹ ਸ਼ਲੋਕਾਂ ਦਾ ਸੰਕਲਨ ਮਹਿਲਾ ਪਹਿਲਾ, ਮਹਿਲਾ ਤੀਜਾ, ਮਹਿਲਾ ਚੌਥਾ, ਮਹਿਲਾ ਪੰਜਵਾਂ ਕਰਕੇ ਹੈਗਾ। ਉਹ 'ਚ ਮਹਿਲਾ ਦੂਜਾ ਦੇ ਸ਼ਲੋਕ ਨਹੀਂ ਹੈਗੇ। ਇੱਧਰੋਂ ਪਤਾ ਲੱਗਦਾ ਕਿ ਮਹਿਲਾ ਦੂਜਾ ਦੇ ਸਾਰੇ ਸ਼ਲੋਕ ਜਿਹੜੇ ਨੇ ਉਹ 12 ਵਿੱਚ ਹੀ ਐਡਜਸਟ ਕਰ ਦਿੱਤੇ ਗਏ ਸਨ। 2 ਵਾਰਾਂ ਐਸੀਆਂ ਨੇ ਜਿਹਨਾਂ ਵਿੱਚ ਕੋਈ ਸ਼ਲੋਕ ਨਹੀਂ ਹੈਗੇ, ਇੱਕ ਤਾਂ ਬਸੰਤ ਕੀ ਵਾਰ ਮਹਿਲਾ ਪੰਜਵਾਂ, ਅਤੇ ਦੂਜੀ ਸੱਤੇ ਬਲਵੰਡ ਦੀ ਵਾਰ, ਇਹਨਾਂ ਵਿੱਚ ਕੋਈ ਸ਼ਲੋਕ ਨਹੀਂ ਹੈਗੇ, ਬਾਕੀ 20 ਵਾਰਾਂ ਵਿੱਚ ਸ਼ਲੋਕ ਵੀ ਹਨ। ਇਸ ਤੋਂ ਅੱਗੇ ਚੱਲਦੇ ਹਾਂ, ਫਿਰ ਜਿਹੜੇ ਰਾਗ ਖਤਮ ਹੋ ਜਾਂਦੇ ਨੇ ਹੋਰ ਬਾਣੀਆਂ ਵੀ ਨੇ, ਜਿਵੇਂ ਸ਼ਲੋਕ ਸਹਿਸਕ੍ਰਿਤੀ ਮਹਿਲਾ ਪਹਿਲਾ, ਜਿੱਦਾਂ ਪੜ ਪੁਸਤਕ ਸੰਧਿਆ ਬਾਦੰਗ, ਇਹਨਾਂ ਵਿੱਚ ਥੋੜ੍ਹਾ ਸੰਸਕ੍ਰਿਤ ਦਾ ਅੰਸ਼ ਹੈਗਾ, ਜਿਵੇਂ ਟਿੱਪੀ ਅਖੀਰ 'ਚ ਆਉਂਦੀ ਹੈ, ਅੰਗ ਜਿਹਦੇ ਆਵਾਜ਼ ਆਉਂਦੀ ਹੈ, ਪੜ ਪੁਸਤਕ ਸੰਧਿਆ ਬਾਦੰਗ, ਸਿਲ ਪੂਜਸ ਬੁਗਲ ਸਮਾਦੰਗ, ਗਲਮਾਲਾ ਤਿਲਕ ਲਲਾਟੰਗ, ਫਿਰ ਸ਼ਲੋਕ ਸਹਿਸਕ੍ਰਿਤੀ ਮਹਿਲਾ ਪੰਜਵਾਂ ਜੀ ਗੁਰੂ ਅੰਗਦ ਦੇਵ ਜੀ ਦੇ, ਫਿਰ ਗਾਥਾ ਬਾਣੀ ਨਾਮ ਹੈਗੀ ਹੈ ਮਹਿਲਾ ਪੰਜਵਾਂ ਦੀ, ਫਿਰ ਫੁਨਹੇ ਮਹਿਲਾ ਪੰਜਵਾਂ, ਫਿਰ ਚੌ ਬੋਲੇ ਮਹਿਲਾ ਪੰਜਵਾਂ, ਫਿਰ ਸ਼ਲੋਕ ਭਗਤ ਕਬੀਰ ਜੀ ਜੀ, ਫਿਰ ਸ਼ਲੋਕ ਆਪਣੇ ਭਗਤ ਫਰੀਦ ਜੀ, ਉਸ ਤੋਂ ਬਾਅਦ ਸਵਈਏ ਸ਼੍ਰੀ ਮੁਖਵਾਕ, ਇਹ ਗੁਰੂ ਅਰਜਨ ਦੇਵ ਜੀ ਦੇ ਸਵਈਏ ਵੀ ਹੈਗੇ ਨੇ ਜੀ। ਉਸ ਤੋਂ ਬਾਅਦ ਸਵਈਏ ਪੱਟਾਂ ਦੇ, 11 ਪੱਟਾਂ ਦੇ ਸਵਈਏ ਗੁਰੂ ਉਪਮਾ ਵਿੱਚ ਗਾਏ ਗਏ ਨੇ ਜੀ, ਮਹਿਲਾ ਪਹਿਲਾ, ਮਹਿਲਾ ਦੂਜਾ, ਮਹਿਲਾ ਤੀਜਾ, ਚੌਥਾ, ਪੰਜਵਾਂ। ਉਸ ਤੋਂ ਬਾਅਦ ਫਿਰ ਸ਼ਲੋਕ 12 ਅਤੇ ਵਧੀਕ ਜਿਹੜਾ ਅਸੀਂ ਜ਼ਿਕਰ ਕੀਤਾ, ਉਸ ਤੋਂ ਬਾਅਦ ਸ਼ਲੋਕ ਮਹਿਲਾ 9 ਗੁਣ ਗੋਬਿੰਦ ਗਾਇਓ ਨਹੀਂ ਜਦੋਂ ਸ਼ੁਰੂ ਹੁੰਦਾ, ਉਸ ਤੋਂ ਬਾਅਦ ਮੁੰਦਾਵਣੀ ਮਹਿਲਾ 5, ਫਿਰ ਉਸ ਤੋਂ ਬਾਅਦ ਆਪਣਾ ਸ਼ਲੋਕ ਹੈਗਾ 13 ਕੀਤਾ ਜਾਤੋਂ ਨਾਹੀਂ ਮੈਨੂੰ ਜੋ ਕਿਤੋ। ਸੋ ਇੱਥੇ ਸਮਾਪਤੀ ਹੋ ਜਾਂਦੀ ਹੈ। ਫਿਰ ਭਗਤ ਬਾਣੀ ਜਿਹੜੀ ਹੈਗੀ ਹੈ, ਭਗਤ ਬਾਣੀ ਵੀ ਹਰ ਰਾਗ ਵਿੱਚ ਗੁਰੂ ਸਾਹਿਬ ਦੀ ਬਾਣੀ ਤੋਂ ਬਾਅਦ ਇੰਸਰਟ ਕੀਤੀ ਗਈ ਹੈ ਜੀ। ਜਿਹੜੀ ਭਗਤ ਬਾਣੀ ਹੈ ਕੁੱਲ 22 ਰਾਗਾਂ ਵਿੱਚ ਹੈ, ਸਮੁੱਚੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ 31 ਰਾਗਾਂ ਵਿੱਚ ਹੈ ਅਤੇ ਭਗਤਾਂ ਦੀ ਬਾਣੀ 22 ਰਾਗਾਂ ਵਿੱਚ ਹੈ। ਇਹਦੇ ਵਿੱਚੋਂ ਸਭ ਤੋਂ ਵੱਧ ਬਾਣੀ ਜਿਹੜੀ ਹੈ ਨਾ ਉਹ ਭਗਤ ਕਬੀਰ ਜੀ ਦੀ ਹੈ। ਓਕੇ। ਅਤੇ ਜਿਹੜੇ ਟੋਟਲ ਸ਼ਬਦ ਨੇ ਉਹ 349 ਨੇ ਜੀ ਭਗਤਾਂ ਦੇ, ਪਰ ਇਹਨਾਂ ਭਗਤਾਂ ਦੀ ਬਾਣੀ ਵਿੱਚ ਹੀ 3 ਸ਼ਬਦ ਗੁਰੂ ਅਰਜਨ ਦੇਵ ਜੀ ਦੇ ਵੀ ਨੇ। ਅੱਛਾ ਜੀ। ਇੱਕ ਅਸੀਂ ਪਹਿਲੇ ਸੈਗਮੈਂਟ ਵਿੱਚ ਜ਼ਿਕਰ ਕੀਤਾ ਸੀ ਪੈਰੋਂ ਮਹਿਲਾ 5, ਨਾ ਹਿੰਦੂ ਨਾ ਮੁਸਲਮਾਨ ਵਾਲਾ, ਉਹ 'ਚ ਜੇ ਤੁਸੀਂ ਨੋਟ ਕਰੋ ਤਾਂ ਮਹਿਲਾ 5 ਲਿਖਿਆ, ਪਰ ਜਿਹੜੀ ਛਾਪ ਹੈਗੀ ਉਹ ਭਗਤ ਕਬੀਰ ਜੀ ਦੀ, ਕਹੋ ਕਬੀਰ ਇਹ ਕੀ ਆ ਵਖਾਨਾ। ਉਹ ਸ਼ਬਦ ਇਸ ਤਰ੍ਹਾਂ ਨੇ
ਜਿੱਥੇ ਗੁਰੂ ਸਾਹਿਬ ਨੇ ਕਿਸੇ ਉਸ ਸ਼ਬਦ ਨੂੰ ਐਕਸਪਲੇਨ ਕਰਨਾ ਹੈ, ਜ਼ਿਆਦਾ ਖੋਲ੍ਹਣਾ ਜੀ, ਉੱਥੇ ਗੁਰੂ ਸਾਹਿਬ ਨੇ ਉਸ ਗੱਲ ਨੂੰ ਜ਼ਿਆਦਾ ਐਕਸਪਲੇਨ ਕਰਨ ਲਈ ਉਹ ਸ਼ਬਦ ਰਚ ਦਿੱਤਾ ਹੈ। ਉੱਥੇ ਟਾਈਟਲ ਮਹਿਲਾ ਪੰਜਵਾਂ, ਪਰ ਥੱਲੇ ਜਿਹੜਾ ਇਹ ਨਾਮ ਹੈਗਾ ਸ਼ਬਦ ਵਿੱਚ ਉਹ ਭਗਤ ਜੀ ਦਾ, ਇੱਕ ਭਗਤ ਸੂਰਦਾਸ ਜੀ ਦੇ ਬਾਰੇ ਹੈਗਾ, ਇੱਕ ਸ਼ਾਇਦ ਭਗਤ ਧੰਨਾ ਜੀ ਦੇ ਨਾਲ, ਅਤੇ ਇੱਕ ਭਗਤ ਕਬੀਰ ਜੀ ਦਾ, ਤਿੰਨ ਸ਼ਬਦ। ਸੋ ਭਗਤ ਬਾਣੀ ਵਿੱਚ ਟੋਟਲ ਜਿਹੜੀ ਸੰਕਲਨ ਹੈਗਾ ਉਹ 352 ਸ਼ਬਦਾਂ ਦਾ ਹੈਗਾ। ਠੀਕ, ਸਭ ਤੋਂ ਵੱਧ ਭਗਤ ਕਬੀਰ ਜੀ ਦੇ, ਉਸ ਤੋਂ ਬਾਅਦ ਫਿਰ ਭਗਤ ਨਾਮਦੇਵ ਜੀ ਦੇ। ਓਕੇ, ਭਗਤ ਕਬੀਰ ਜੀ ਦੇ ਬਨਾਰਸ ਦੇ ਸੀਗੇ, ਜਾਤ ਦੇ ਜੁਲਾਹੇ ਸੀਗੇ, ਅਛੂਤ ਸਨ। ਫਿਰ ਭਗਤ ਨਾਮਦੇਵ ਜੀ ਛਿੰਬੇ ਸਨ, ਇਹ ਮਹਾਰਾਸ਼ਟਰ ਦੇ ਸਨ। ਉਸ ਤੋਂ ਬਾਅਦ ਭਗਤ ਰਵਿਦਾਸ ਜੀ ਜੋ ਚੰਮ ਦਾ ਕੰਮ ਕਰਦੇ ਸੀ, ਇਹ ਵੀ ਬਨਾਰਸ ਦੇ ਸਨ। ਭਗਤ ਰਵਿਦਾਸ ਜੀ ਅਤੇ ਭਗਤ ਕਬੀਰ ਜੀ ਇਹ ਦੋਨੋਂ ਕੰਟੈਂਪਰੇਰੀ ਸਨ, ਸਮਕਾਲੀ ਸਨ ਜੀ। ਇਸ ਗੱਲ ਤੋਂ ਪਤਾ ਲੱਗਦਾ ਕਿ ਭਗਤ ਕਬੀਰ ਜੀ ਨੇ ਭਗਤ ਰਵਿਦਾਸ ਜੀ ਦਾ ਹਵਾਲਾ ਦਿੱਤਾ ਆਪਣੀ ਬਾਣੀ 'ਚ, ਅਤੇ ਭਗਤ ਰਵਿਦਾਸ ਜੀ ਨੇ ਭਗਤ ਕਬੀਰ ਜੀ ਦਾ ਹਵਾਲਾ ਦਿੱਤਾ ਹੈਗਾ। ਉਸ ਤੋਂ ਬਾਅਦ ਚਾਰ ਸ਼ਬਦ ਭਗਤ ਫਰੀਦ ਜੀ ਦੇ ਹੈਗੇ ਨੇ, ਅਤੇ ਚਾਰ ਸ਼ਬਦ ਭਗਤ ਤ੍ਰਿਲੋਚਨ ਜੀ ਦੇ ਹੈਗੇ ਜੀ। ਭਗਤ ਤ੍ਰਿਲੋਚਨ ਜੀ ਜਾਤ ਦੇ ਬ੍ਰਾਹਮਣ ਸਨ, ਇਹ ਵੀ ਮਹਾਰਾਸ਼ਟਰ ਦੇ ਸਨ। ਭਗਤ ਤ੍ਰਿਲੋਚਨ ਜੀ ਅਤੇ ਭਗਤ ਨਾਮਦੇਵ ਜੀ ਇਹ ਦੋਨੋਂ ਸਮਕਾਲੀ ਸਨ, ਕੰਟੈਂਪਰੇਰੀ ਸਨ, ਦੇ ਔਰ ਫਰੈਂਡਸ ਰਾਈਟ। ਅਤੇ ਉਹ ਬੜੀ ਖੁਸ਼ੀ ਦੀ ਗੱਲ ਹੈ, ਦੇਖੋ ਭਗਤ ਤ੍ਰਿਲੋਚਨ ਜੀ ਬ੍ਰਾਹਮਣ ਸਨ ਅਤੇ ਭਗਤ ਨਾਮਦੇਵ ਜੀ ਛਿੰਬੇ ਸਨ, ਠੀਕ, ਪਰ ਨਿਰਗੁਣ ਸਰੂਪ ਦੀ ਜਿਹੜੀ ਅਸਲ ਭਗਤੀ ਕਰਮਕਾਂਡ ਤੋਂ ਹਟ ਕੇ ਇਹਦੀ ਪ੍ਰੇਰਣਾ ਭਗਤ ਤ੍ਰਿਲੋਚਨ ਜੀ ਨੂੰ ਭਗਤ ਨਾਮਦੇਵ ਜੀ ਤੋਂ ਹੋਈ, ਇਹ ਦੋਨੋਂ ਮਿੱਤਰ ਸਨ ਰਾਈਟ। ਉਸ ਤੋਂ ਬਾਅਦ ਤਿੰਨ ਸ਼ਬਦ ਭਗਤ ਧੰਨਾ ਜੀ ਦੇ ਨੇ, ਅਤੇ ਤਿੰਨ ਸ਼ਬਦ ਭਗਤ ਬੇਣੀ ਜੀ ਦੇ ਨੇ ਜੀ। ਫਿਰ ਦੋ ਸ਼ਬਦ ਭਗਤ ਜੈਦੇਵ ਜੀ ਦੇ ਜੋ ਬੰਗਾਲ ਦੇ ਸਨ, ਅਤੇ ਦੋ ਸ਼ਬਦ ਭਗਤ ਭੀਖਣ ਜੀ ਦੇ ਸਨ ਠੀਕ। ਉਸ ਤੋਂ ਬਾਅਦ ਹੋ ਗਿਆ ਆਪਣਾ ਇੱਕ ਸ਼ਬਦ ਭਗਤ ਰਾਮਾਨੰਦ ਜੀ ਦਾ ਜੀ, ਫਿਰ ਇੱਕ ਸ਼ਬਦ ਭਗਤ ਪਰਮਾਨੰਦ ਜੀ ਦਾ, ਇੱਕ ਸ਼ਬਦ ਭਗਤ ਪੀਪਾ ਜੀ ਦਾ, ਇੱਕ ਸ਼ਬਦ ਭਗਤ ਸੈਣ ਜੀ ਦਾ, ਇੱਕ ਸ਼ਬਦ ਭਗਤ ਸਦਨਾ ਜੀ ਦਾ, ਅਤੇ ਇੱਕ ਸ਼ਬਦ ਭਗਤ ਸੂਰਦਾਸ ਜੀ ਦਾ, ਠੀਕ ਹੈ। ਇਸ ਤਰ੍ਹਾਂ 15 ਭਗਤਾਂ ਦੀ ਬਾਣੀ ਹੈ, ਇਹ ਟੋਟਲ 15 ਭਗਤ ਹੋ ਗਏ ਠੀਕ। ਉਸ ਤੋਂ ਬਾਅਦ 11 ਪੱਟਾਂ ਦੀ ਬਾਣੀ ਵੀ ਹੈਗੀ ਹੈ ਰਾਈਟ। 11 ਪੱਟ ਜਿਹੜੇ ਉਹ ਨਾਮ ਵੀ ਸਾਨੂੰ ਯਾਦ ਹੋਣੇ ਚਾਹੀਦੇ ਨੇ, ਉਹ ਹੈਗੇ ਨੇ ਭਗਤ ਪੱਟ ਕਲਸਾਰ, ਪੱਟ ਜਾਲਪ, ਫਿਰ ਪੱਟ ਕੀਰਤ, ਪੱਟ ਪਿਖਾ, ਪੱਟ ਸੱਲ, ਪੱਟ ਪਲ, ਪੱਟ ਬਲ, ਪਹਿਲੇ ਭੱਬਾ ਹੈ ਫਿਰ ਬੱਬਾ ਹੈ ਪਲ, ਅਤੇ ਥੱਲੇ ਲੱਲੇ ਨੂੰ ਅੱਧਾ ਹਾਹਾ ਹੈਗਾ, ਅਤੇ ਪੱਟ ਨਲ, ਫਿਰ ਪੱਟ ਹਰਬੰਸ, ਪੱਟ ਮਥੁਰਾ, ਅਤੇ ਪੱਟ ਗਿਅੰਧ ਠੀਕ। ਇਹ 11 ਪੱਟ ਨੇ, ਇਹ ਗੁਰੂ ਉਪਮਾ ਵਿੱਚ ਗਾਏ ਗਏ ਨੇ। ਸੋ 15 ਭਗਤ ਅਤੇ 11 ਪੱਟਾਂ ਦੀ 11 ਬੜੀ ਉਹ ਅੰਕਿਤ ਹੈਗੀ ਗੁਰੂ ਅੰਕਿਤ ਗੁਰੂ ਠੀਕ ਹੈ ਜੀ। ਸਮਾਂ ਨਹੀਂ ਅੱਗੇ ਦੇ ਰਹੇ ਜੀ, ਕਿਉਂਕਿ ਅਸੀਂ ਗੱਲਬਾਤ ਨੂੰ ਤੋਰ ਸਕੇ, ਲੇਕਿਨ ਅਗਲੇ ਐਪੀਸੋਡ ਵਿੱਚ ਅਸੀਂ ਵਿਸਥਾਰ ਵਿੱਚ ਹੋਰ ਜਾਣਕਾਰੀ ਲਵਾਂਗੇ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਬਣਤਰ ਬਾਰੇ ਸਾਨੂੰ ਕਿਉਂ ਪਤਾ ਹੋਣਾ ਚਾਹੀਦਾ ਹੈ, ਕਿਹੜੇ ਕਿਹੜੇ ਪੱਟਾਂ ਦੀ, ਕਿਹੜੇ ਕਿਹੜੇ ਗੁਰੂਆਂ ਦੀ ਇਸ ਦੇ ਵਿੱਚ ਬਾਣੀ ਹੈਗੀ ਹੈ। ਅਤੇ ਇੱਕ ਇਹ ਵੀ ਗੱਲ ਬਹੁਤ ਵਾਰ ਆਉਂਦੀ ਹੈ ਕਿ ਜੀ ਗੁਰੂ ਗੋਬਿੰਦ ਸਿੰਘ ਜੀ ਦੀ ਬਾਣੀ ਕਿਉਂ ਨਹੀਂ ਇਸਦੇ 'ਚ ਅੰਕਿਤ ਕੀਤੀ ਗਈ, ਇਹਦੇ ਬਾਰੇ ਵੀ ਚਰਚਾ ਕਰਾਂਗੇ ਆਉਣ ਵਾਲੇ ਪ੍ਰੋਗਰਾਮ ਵਿੱਚ। ਤੁਹਾਡਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਸ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਇਸ ਪ੍ਰੋਗਰਾਮ ਦੀ ਇੱਥੇ ਹੀ ਸਮਾਪਤੀ। ਫੀਡਬੈਕ ਜ਼ਰੂਰ ਦੇਣਾ, ਜੇਕਰ ਤੁਹਾਡੇ ਕੋਲ ਵੀ ਕੋਈ ਸਵਾਲ ਹੋਏ ਤਾਂ ਚਾਹੁੰਦੇ ਹੋ ਸਾਡੇ ਆਏ ਹੋਏ ਵਿਦਵਾਨ ਉਸਦਾ ਜਵਾਬ ਦੇਣ, ਤਾਂ ਸਾਡੇ ਨਾਲ ਜ਼ਰੂਰ ਸੰਪਰਕ ਕਰਨਾ 604-603-7555। ਲੈਣਾ ਆ ਗਿਆ, ਫਿਰ ਮੁਲਾਕਾਤ ਕਰਾਂਗੇ, ਤਦ ਤੱਕ ਬਾਏ।